ਸ਼ਰੇਆਮ ਘੁੰਮ ਰਿਹਾ ਹੈ ਖੂੰਖਾਰ ਤੇਂਦੂਆ, ਘਰਾਂ ਚ ਦਾਖਲ ਹੋਣ ਦੀ ਕਰ ਰਿਹਾ ਹੈ ਕੋਸ਼ਿਸ਼, ਹਨੇਰੇ ਚ ਪਾਲ ਰਿਹਾ ਹੈ ਆਪਣਾ ਸ਼ਿਕਾਰ। ਇਹ ਤਸਵੀਰਾਂ ਇੱਕ ਰਿਹਾਇਸ਼ੀ ਇਲਾਕੇ ਦੀਆਂ ਨੇ ਜਿੱਥੇ ਰਾਤ ਵੇਲੇ ਇੱਕ ਖੂੰਖਾਰ ਤੇਂਦੂਆ ਸ਼ਰੇਆਮ ਘੁੰਮਦਾ ਹੋਇਆ ਨਜ਼ਰ ਆਇਆ ਹੈ, ਜਿਸ ਕਰਕੇ ਲੋਕਾਂ ਦੇ ਸਾਹ ਸੁੱਕੇ ਹੋਏ ਨੇ ਤੇ ਡਰਦੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਇਹ ਤਸਵੀਰਾਂ ਨੇ ਜੋ ਸਾਹਮਣੇ ਆਈਆਂ ਨੇ ਕਿ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਖੂੰਖਾਰ ਤੇਂਦੂਆ ਗਲੀਆਂ ਦੇ ਵਿੱਚ ਘੁੰਮ ਰਿਹਾ ਹੈ, ਕਦੀ ਕਿਸੇ ਦੇ ਘਰ ਦੇ ਥੜੇ ਅੱਗੇ ਬਹਿੰਦਾ ਹੈ ਤੇ ਕਦੀ ਕੰਧ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਘਰਾਂ ਦੇ ਦਰਵਾਜ਼ਿਆਂ ਦੇ ਪਾਸਿਆਂ ਤੋਂ ਜਗ੍ਹਾ ਲੱਭ ਰਿਹਾ ਹੈ ਕਿ ਸ਼ਾਇਦ ਅੰਦਰ ਦਾਖਲ ਹੋ ਸਕੇ, ਕਿਉਂਕਿ ਇਹ ਸ਼ਿਕਾਰ ਦੀ ਤਲਾਸ਼ 'ਚ ਵੀ ਹੋ ਸਕਦਾ ਹੈ।